ਬੜੇ ਪਾਗਾਂ ਵਾਲੇ ਜਿਹੜੇ ਭਾਈ ਸੰਗਤ ਵਿੱਚ ਆਏ ਨੇ ਤਨ ਤਨ ਸਤਸੰਗ ਜਿਤ ਹਰਸ ਪਾਇਆ ਮਿਰਜਾ ਨਾਨਕ ਨਾਮ ਪ੍ਰਗਾਸ ਜਿਹੜੇ ਸੰਗਤ ਵਿੱਚ ਆਏ ਨੇ ਉਹਨਾਂ ਬਾਰੇ ਦੱਸੋ महाराज जी जेडे संगत विच नहीं आए उन्हां बारे भी आप सोझी पा दे जो सतगुरु शरण संगत नहीं आए त्रिग जीवे त्रिग जीवास जड़े सतगुरु की संगत शरण संगत विच नहीं आए उन्हां दा त्रिग जीना है लानत है उन्हां दे जीवन नूं ते उन्हां दा जीना भी त्रिग है लानत नाल जींदे ने लानत ही जीना है जिन हरजन सतगुर संगत पाई जिस रब दे प्यारे ने गुरु की संगत पाई तिन तुर मस्तक लिखिया लखास उन्हां दे मत्थे दे लेख तुरों ही लिखे हुए ने लिखा के आए ने भागां विच कर्मां विच लिखा के आया जिन्हां नूं इह संगत प्राप्त होंदी उन्हां दे कर्म जिहड़े बुरे पासे टक्करा मार दिया उन्हां दे कर्म बुरे ने उन्हां दे टक्करा मारनियां लिखियां ने कर्मा च जिहड़े चंगे पासे आउंदे आ उन्हां दे भी कर्म लिखे आ भाग ने उन्हां दे भाग साडे लिखी फकीरी सो मस्तक धर लीती एक दिन बाजा वाले पासों मैं प्रेम सुराही पीती एक दिन मैं बाजा वाले पासों प्रेम दी सुराही प्रेम दा प्याला पीता है फिर भागा विच लिखी सी फकीरी वो फिर मत्थे दे प्रगट हुई जे मैं अपनी उम्र वेखा मेरी उम्र गुनाहां विच बीती है क्योंकि मैं हरी दी भगती नहीं कीती आलम फाजल जरूर हाँ पढ़िया लिखिया जरूर हाँ पर हर की भगत नहीं कीती पिछली उम्र गुनाही बीती हर की भगत ना कीती आगे समझ चलो नंद लाला पाशे जो बीती सो बीती ठीक है जेहो जी तेरी बीत गई सो बीत गई हुण समझ नाल चल के लाहा खट जीवन दा आगे समझ चलो नंद लाला को वाहिगुरु वाहिगुरु गुनाहां गलतियां इस जीव को होंदियां ने गुरु साहब कहिंदे ने सदा सदा यह भूलनहार ये ता शरीर जीव सदा सदा ही भूलनहार है नानक राखण हार अपार संगत विच जुड़ो काफले किवें बणदे आ एक तो दो 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 चार चार तो अठ एक एक करदियां काफले बन जांदे आ लख करोड़ किवें बनदा है कहो धन गुरु नानक धन गुरु नानक काफले किवें बनदे आ एक एक जुड़दा जांदा है लख करोड़ कौडी कौडी जोड़ के बनता है
ਪੁੰਨਾਂ ਦੇ ਭੰਡਾਰ ਕਿਵੇਂ ਭਰਦੇ ਆ। ਇੱਕ ਇੱਕ ਪੁੰਨ ਜ਼ਿੰਦਗੀ ਦਾ ਇਕੱਠਾ ਹੁੰਦਾ ਜਾਵੇ ਤੇ ਪੁੰਨਾਂ ਦੇ ਭੰਡਾਰ ਭਰ ਜਾਂਦੇ। ਇਸ ਜੀਵ ਦੇ ਪੁੰਨਾਂ ਦੇ ਭੰਡਾਰ ਭਰ ਜਾਂਦੇ, ਇਵੇਂ ਬਣੀ ਦੇ ਪੁੰਨਾਂ ਵਾਲੇ ਜਿਨ੍ਹਾਂ ਦੇ ਕੋਲ ਕੁਝ ਨਹੀਂ ਉਹ ਵੱਡੇ ਸ਼ਾਹ ਬਣ ਸਕਦੇ ਆ, ਤੇ ਜਿਹੜੇ ਸ਼ਾਹ ਨੇ ਉਹ ਵੱਡੇ ਕੰਗਾਲ ਬਣ ਸਕਦੇ। ਇੱਕ ਇੱਕ ਕਰ ਕਰਕੇ ਉਹ ਯਾੜੀ ਜਾਣ, ਸਾਰਾ ਕੁਝ ਉੱਜੜ ਜਾਂਦਾ। ਇੱਕ ਇੱਕ ਬੰਦਾ ਸੰਗ ਛੱਡਦਾ ਜਾਏ ਸਾਰੇ ਹੀ ਛੱਡ ਜਾਂਦੇ ਆ। ਪੁੰਨਾਂ ਨਾਲ ਭੰਡਾਰ ਭਰ ਜਾਂਦੇ ਆ। ਬਾਬਾ ਕੁੰਦਨ ਸਿੰਘ ਜੀ ਮਹਾਰਾਜ ਨੇ ਮਹਾਂਪੁਰਸ਼ ਦਾ ਬਚਨ ਹੈ, ਮੈਨੂੰ ਕਹਿੰਦੇ ਤੇਰੇ ਮਾਂ ਪਿਓ ਦੇ ਪੁੰਨਾਂ ਕਰਕੇ ਅਸੀਂ ਰੱਖਿਆ ਹੋਇਆ, ਨਹੀਂ ਤਾਂ ਤੈਨੂੰ ਅਸੀਂ ਰੱਖਦੇ ਨਾ। ਉਹਨਾਂ ਦੇ ਬਚਨ ਹੈ। ਕਹਿੰਦੇ ਨੇ ਨਿਮਾਣੀ ਨਿਤਾਣੀ ਗਰੀਬਣੀ, ਧਰੂਵ ਦੀ ਮਾਂ ਇੱਕ ਪਰਿਵਾਰ 'ਚ ਰਹਿੰਦੀ ਸੀ, ਹਾਲ ਗੋਲੀਆਂ ਵਾਲੇ ਸੀ। ਅਤੇ ਫਿਰ ਬਈ ਜਦੋਂ ਧਰੂਵ ਰਾਜਾ ਬਣ ਗਿਆ ਹੋਏਗਾ ਤਾਂ ਮਾਂ ਕੀ ਬਣੀ ਹੋਏਗੀ। ਉਸਨੇ ਭਗਤੀ ਨੂੰ ਲੈ ਲਿਆ, ਈਰਖਾ ਨੂੰ ਨਹੀਂ ਲਿਆ, ਮਾੜੇ ਭਾਗ ਨੇ। ਜੇ ਈਰਖਾ ਦੀ ਚੋਣ ਕਰੀਏ, ਦੋਸ਼ ਦੇਣ ਵਾਲੀ ਚੋਣ ਕਰੀਏ, ਮਾੜੇ ਭਾਗ ਨੇ। ਇੱਕ ਵਾਰੀ ਬਾਬਾ ਜੀ ਨੇ ਕੋਈ ਬਿਹੰਗਮਾਂ ਦੇ ਨਾਂ ਗਿਣੇ ਆਪਦੇ ਕੋਲ, ਮੈਨੂੰ ਪਤਾ ਲੱਗਿਆ ਉਹਦੇ ਵਿੱਚ ਮੇਰਾ ਨਾਂ ਨਹੀਂ ਹੈਗਾ ਸੀ, ਵੀ ਇਹ ਸਾਡੇ ਖਾਸ ਨੇ। ਤਿੰਨ ਚਾਰ ਨਾਂ ਲਏ ਪਰ ਉਹਦੇ 'ਚ ਮੈਂ ਕਿਹਾ ਕਿਵੇਂ ਨਾ ਕਿਵੇਂ ਮੇਰਾ ਵੀ ਨਾਂ ਸ਼ਾਮਿਲ ਹੋ ਜਾਵੇ ਆਖੋ ਸੀ। ਵਾਹਿਗੁਰੂ ਜੀ, ਬਾਬਾ ਜੀ ਜਿਹੜੇ ਖਾਸ ਬਿੰਗਮਾਂ ਦੀ ਲਿਸਟ ਹੈ ਉਹਨਾਂ ਵਿੱਚ ਮੇਰਾ ਵੀ ਨਾਂ ਸ਼ਾਮਿਲ ਹੋ ਜਾਵੇ। ਫਿਰ ਕੀਤਾ ਕਿਵੇਂ ਜਾਏ ਤੇ ਸੇਵਾ ਤੇ ਸਿਮਰਨ ਦੋਵੇਂ ਦਾਤਾਂ ਨੇ, ਇਹਨਾਂ ਦੇ ਘਾਲ ਨਾ ਘਾਲ, ਖੁਦੀ ਕੋ ਕਰ ਬੁਲੰਦੀ ਤਨਾ, ਤਕਦੀਰ ਸੇ ਪਹਿਲੇ ਤੇਰੀ ਕਰਮ ਤਾਂ ਮਾੜੇ ਆ, ਤਕਦੀਰ ਤਾਂ ਮਾੜੀ ਏ, ਆਪਦੀ ਖੁਦੀ ਨੂੰ ਬੁਲੰਦ ਕਰ ਲਾ। ਖੁਦਾ ਬੰਦੇ ਸੇ ਖੁਦ ਪੁੱਛੇ, ਦੱਸ ਤੇਰੀ ਰਜਾ ਕਿਆ ਹੈ, ਬਈ ਤੈਨੂੰ ਚਾਹੀਦਾ ਕੀ। ਤੂੰ ਇੰਨਾ ਭਗਤੀ ਸਿਮਰਨ ਸੇਵਾ ਪਰਪਕਾਰ 'ਚ ਜੁਟਿਆ, ਤੇਰੀ ਮੰਗ ਕੀ ਹੈ, ਤੇਰੀ ਇੱਛਾ ਕੀ ਹੈ। ਜਿਹੜੇ ਬਿਲਕੁਲ ਨਿਕਰਮਣ ਉਹ ਕਰਮਾਂ ਵਾਲੇ ਹੋ ਸਕਦੇ ਆ, ਜਿਨ੍ਹਾਂ ਨੂੰ ਕਰਮਾਂ ਵਾਲੇ ਕਹਿੰਦੇ ਹਾਂ ਉਹ ਖੁੰਝੇ ਵਕਤ ਤੋਂ ਨਿਕਰਮਣ ਵੀ ਸਾਬਤ ਹੋ ਸਕਦੇ ਆ। ਸੰਗਤ ਨੂੰ ਜੋੜੋ ਤੇ ਜੋੜ ਕੇ ਲਾਭ ਨਾ ਰੱਖੋ ਮਾਇਆ ਦਾ, ਪਦਾਰਥਾਂ ਦਾ। ਨਾਮ ਜਪਣ ਦਾ ਲਾਹਾ ਰੱਖੋ, ਨਾਮ ਜਪਣ ਦਾ।